ਪੰਜਾਬ ਵਿੱਚ ਜੋ ਲਗਭਗ 200 ਦੇ ਕਰੀਬ ਬੀਐਡ ਕਾਲਜ ਹਨ ਉਹਨਾਂ ਵਿੱਚ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪ੍ਰਕਿਰਿਆ ਦਾ ਫਸਟ ਸਟੈਪ ਕੀ ਹੁੰਦਾ ਹੈ ਕਿ ਪੰਜਾਬ ਗਵਰਨਮੈਂਟ ਨੇ ਕਿਸੇ ਇੱਕ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਲਗਾਉਣੀ ਹੁੰਦੀ ਹੈ ਕਿ ਉਹ ਬੀਐਡ ਕਾਉਂਸਲਿੰਗ ਪ੍ਰੋਸੀਜਰ ਨੂੰ ਅੱਛੀ ਤਰ੍ਹਾਂ ਨਿਭਾਉਣ। ਕਾਉਂਸਲਿੰਗ ਦੇ ਲਾਸਟ ਸਟੈਪ ਤੱਕ ਉਸੇ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਰਹਿੰਦੀ ਹੈ। ਸੋ ਇਸ ਵਾਰ ਜੋ ਫਸਟ ਸਟੈਪ ਹੈ ਵੇਟ ਕਰ ਰਹੇ ਸੀ ਉਹ ਸ਼ੁਰੂ ਹੋ ਚੁੱਕਾ ਹੈ। ਉਹ ਕੀ ਹੈ ਕਿ ਨੋਟੀਫਿਕੇਸ਼ਨ ਪੰਜਾਬ ਗਵਰਨਮੈਂਟ ਦੁਆਰਾ ਇਹ ਹੋ ਚੁੱਕੀ ਹੈ। ਪੰਜਾਬ ਗਵਰਨਮੈਂਟ ਦੀ ਇਸ ਨੋਟੀਫਿਕੇਸ਼ਨ ਨੂੰ ਡਿਟੇਲ ਵਿੱਚ ਹਜੇ ਨਹੀਂ ਪੜਾਂਗਾ, ਸਿਰਫ ਤੁਹਾਨੂੰ ਮੋਟੇ ਮੋਟੇ ਪੁਆਇੰਟ ਇਹ ਦੱਸਾਂਗਾ। ਨੰਬਰ ਇੱਕ ਕਿ ਦ ਗਵਰਨਮੈਂਟ ਆਫ ਪੰਜਾਬ ਇਜ਼ ਪਲੀਜ਼ ਟੂ ਅਪੁਆਇੰਟ ਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ। 2 ਸਾਲ ਲਗਾਤਾਰ ਇੱਕ ਯੂਨੀਵਰਸਿਟੀ ਦੀ ਹੀ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਲਗਾਉਂਦੀ ਹੈ। ਸੋ ਇਹ ਦੂਜੀ ਵਾਰ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਲੱਗੀ ਹੈ। ਐਜ਼ ਅਥਾਰਟੀ ਕੰਪੀਟੈਂਟ ਟੂ ਕੰਡਕਟ ਕਾਮਨ ਐਂਟਰੈਂਸ ਟੈਸਟ। ਦੂਸਰਾ ਪੁਆਇੰਟ ਕੀ ਹੈ, CET ਕਾਮਨ ਐਂਟਰੈਂਸ ਟੈਸਟ ਹੋਵੇਗਾ। ਬਹੁਤ ਜ਼ਿਆਦਾ ਜ਼ਰੂਰੀ, ਬਹੁਤ ਜ਼ਿਆਦਾ ਜ਼ਰੂਰੀ। ਕਿਉਂ? ਕਿਉਂਕਿ ਅਸੀਂ ਇਹਨਾਂ ਭਰਮਾਂ ਵਿੱਚ ਫਸ ਜਾਂਦੇ ਹਾਂ, ਟੈਸਟ ਦੇਣ ਦੀ ਟੈਂਡੈਂਸੀ ਸਾਡੀ ਨਹੀਂ ਹੁੰਦੀ ਅਤੇ ਅਸੀਂ ਉਸ ਨਿਊਜ਼ ਨੂੰ ਪ੍ਰੈਫਰ ਕਰਦੇ ਹਾਂ ਜਿਹੜੀ ਇਹ ਕਹਿੰਦੀ ਹੈ ਕਿ ਟੈਸਟ ਨਹੀਂ ਹੋਏਗਾ। ਸੋ ਟੈਸਟ ਔਖਾ ਨਹੀਂ ਹੈ, ਟੈਸਟ ਲਈ ਜ਼ਿਆਦਾ ਨਹੀਂ ਪੜ੍ਹਨਾ ਪਏਗਾ। ਇਸ ਲਈ ਆਪਣੇ ਮਾਇੰਡ ਨੂੰ ਇਸ ਫੇਵਰ ਵਿੱਚ ਹੀ ਰੱਖੋ ਕਿ ਟੈਸਟ ਦੇਣਾ ਹੈ। ਨੰਬਰ ਇੱਕ, ਟੈਸਟ ਵਿੱਚ ਅਪੀਅਰ ਜ਼ਰੂਰ ਹੋਣਾ ਹੈ। ਬੇਸ਼ੱਕ ਲੋਐਸਟ ਲੈਵਲ 'ਤੇ ਤੁਸੀਂ ਜਾ ਕੇ ਬਿਨਾਂ ਪੜ੍ਹੇ ਅਪੀਅਰ ਹੋ ਜਾਓ, ਸੀਟ ਮਿਲ ਜਾਏਗੀ। ਉਹਦੇ ਲਈ ਗਾਈਡੈਂਸ ਹਾਂ ਜ਼ਰੂਰੀ ਹੋਏਗੀ। ਥੋੜ੍ਹਾ ਪੜ੍ਹਨਾ, ਜ਼ਿਆਦਾ ਪੜ੍ਹਨਾ, ਬਹੁਤ ਜ਼ਿਆਦਾ ਪੜ੍ਹਨਾ, ਗਵਰਨਮੈਂਟ ਕਾਲਜ ਜਾਣਾ ਹੈ, ਉਹ ਗੱਲ ਵੀ ਕਰਦਾ ਹਾਂ। ਸੋ ਇਹ ਦੂਸਰਾ ਪੁਆਇੰਟ ਕਿ ਕਾਮਨ ਐਂਟਰੈਂਸ ਟੈਸਟ ਹੋਵੇਗਾ, ਇਸ ਦੇ ਵਿਰੁੱਧ ਵਾਲੀ ਖਬਰ ਨੂੰ ਥੋੜ੍ਹਾ ਘੱਟ ਸਮਝੋ, ਕਿਉਂਕਿ ਪਿਛਲੀ ਵਾਰ ਬੱਚਿਆਂ ਦਾ ਬਹੁਤ ਨੁਕਸਾਨ ਹੋਇਆ ਹੈ, ਉਹ ਅੱਗੇ ਜਾ ਕੇ ਦੱਸਦਾ ਹਾਂ। ਐਂਡ ਸੈਂਟਰਲਾਈਜ਼ਡ ਕਾਉਂਸਲਿੰਗ, ਸੈਂਟਰਲਾਈਜ਼ਡ ਕਾਉਂਸਲਿੰਗ ਮੀਨਸ ਸਭ ਕੁਛ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਕੰਡਕਟ ਕਰੇਗੀ ਉਹਦੇ ਦੁਆਰਾ ਹੀ ਤੁਹਾਨੂੰ ਸੀਟ ਅਲਾਟ ਕੀਤੀ ਜਾਏਗੀ ਔਰ ਤੁਹਾਨੂੰ ਕਾਲਜ ਦਿੱਤਾ ਜਾਏਗਾ। ਤੁਹਾਡੇ ਲਈ ਦੋ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੋਣਗੀਆਂ, ਕਾਲਜ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੋਏਗਾ, ਸਬਜੈਕਟ ਕੰਬੀਨੇਸ਼ਨ, ਪੈਡਾਗੋਜੀਕਲ ਸਬਜੈਕਟ ਕੰਬੀਨੇਸ਼ਨ, ਉਹ ਦੱਸਦਾ ਹਾਂ। ਫੋਰ ਬੀਐਡ ਕੋਰਸ ਫੋਰ ਸੈਸ਼ਨ 2023-24 ਇਨ ਆਲ ਕਾਲਜ ਆਫ ਐਜੂਕੇਸ਼ਨ, ਗੌਰਮੈਂਟ ਕਾਲਜ ਪੰਜਾਬ ਦੇ ਸਾਰੇ ਔਰ ਗੌਰਮੈਂਟ ਏਡਡ ਕਾਲਜ ਔਰ ਪ੍ਰਾਈਵੇਟ ਸੈਲਫ ਫਾਈਨੈਂਸ ਕਾਲਜ ਵਿੱਚ ਜਿਹੜੇ ਐਡਮਿਸ਼ਨ ਲੈਣਾ ਚਾਹੁੰਦੇ ਹਨ ਉਹ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋ ਜਾਣ। ਐਫੀਲੇਟਡ ਟੂ 3 ਯੂਨੀਵਰਸਿਟੀਆਂ, ਨੰਬਰ 1 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਇਸ ਤੋਂ ਬਿਨਾਂ ਜੇ ਤੁਸੀਂ ਕਿਸੇ ਹੋਰ ਬੀਐਡ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੰਜਾਬ ਵਿੱਚ ਸਥਿਤ ਹੈ ਉਹ 'ਚ ਲੈਣਾ ਚਾਹੁੰਦੇ ਹੋ ਤਾਂ ਉਸ ਦਾ ਦਾਖਲਾ ਪ੍ਰਕਿਰਿਆ ਵੱਖਰੀ ਤਰ੍ਹਾਂ ਨਾਲ ਹੋਵੇਗਾ। ਮੋਸਟਲੀ ਪ੍ਰਾਈਵੇਟ ਯੂਨੀਵਰਸਿਟੀਆਂ ਉਹ ਆਪਣੇ ਤੌਰ 'ਤੇ ਕੰਡਕਟ ਕਰਦੀਆਂ ਹਨ। ਸੋ ਇਹ ਸਿਰਫ ਉਹਨਾਂ ਲਈ ਹੈ, ਬਾਕੀ ਜਣੇ ਇਸ ਵੀਡੀਓ ਨੂੰ ਜਾਂ ਇਸ ਨੂੰ ਨਾਮ ਬੇਸ਼ੱਕ ਦੇਖਣ। ਹਾਂ, ਇੱਕ ਰਿਕੁਐਸਟ ਵਾਰ ਵਾਰ ਕਰਾਂਗਾ, ਜੇ ਇਹ ਦੇਖ ਲਿਆ ਹੈ ਵੀਡੀਓ ਤਾਂ ਇਹ ਜ਼ਰੂਰ ਕਹਿ ਦਿਓ ਕਿ ਜੇ ਇਹਨਾਂ ਕਾਲਜਾਂ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਆ ਐਂਟਰੈਂਸ ਟੈਸਟ ਲਈ ਫਾਰਮ ਜ਼ਰੂਰ ਭਰਨਾ ਹੈ, ਅਦਰਵਾਈਜ਼ ਨੁਕਸਾਨ 3000 ਬੱਚਿਆਂ ਦਾ ਪਿਛਲੀ ਵਾਰ ਹੋਇਆ ਹੈ ਉਹ ਨਾ ਹੋਵੇ। ਐਂਟਰੈਂਸ ਟੈਸਟ, ਓਕੇ, ਦ ਸਕੀਮ ਆਫ ਐਡਮਿਸ਼ਨ ਥਰੂ ਕਾਮਨ ਐਂਟਰੈਂਸ ਟੈਸਟ, ਗਵਰਨਮੈਂਟ ਨੇ ਸਕੀਮ ਜਿਹੜੀ ਹੈ ਐਂਟਰੈਂਸ ਟੈਸਟ ਕੀ ਕਿਵੇਂ ਕਿਵੇਂ ਹੋਣਾ ਹੈ, ਇਜ਼ ਨੋਟੀਫਾਈਡ ਆਫ ਦੀ ਇਨਫੋਰਮੇਸ਼ਨ ਟੂ ਆਲ ਕੰਸਰਨਡ, ਇਨਫੋਰਮੇਸ਼ਨ ਅਬਾਊਟ ਕਾਲਜਿਸ ਆਫ ਐਜੂਕੇਸ਼ਨ ਐਂਡ ਨੰਬਰ ਆਫ ਸੀਟਸ ਅਵੇਲੇਬਲ ਦੀਅਰ ਇਨ ਐਜ਼ ਪਰ ਅਪਰੂਵਲ ਆਫ ਗ੍ਰਾਂਟ NCTE। ਇਹ ਕੁਸ਼ਚਨ ਵੀ ਐਂਟਰੈਂਸ ਟੈਸਟ ਪੁੱਛਿਆ ਜਾ ਸਕਦਾ ਹੈ, NCT ਦੀ ਫੁੱਲ ਫੋਰਮ ਹੀ ਪੁੱਛ ਲੈਂਦੇ ਹੈ, ਨੈਸ਼ਨਲ ਕਾਉਂਸਲ ਫੋਰ ਟੀਚਰ ਐਜੂਕੇਸ਼ਨ, ਫੋਰ ਟੀਚਰ ਐਜੂਕੇਸ਼ਨ, ਓਕੇ, ਆਰ ਪਲੇਸਡ ਇਨ ਐਨੈਕਸਚਰ। ਇਹ ਲਾਈਨ ਕੀ ਕਹਿ ਰਹੀ ਹੈ ਕਿ ਹਰ ਕਾਲਜ ਦੇ ਕੋਲ 200 ਸੀਟਾਂ ਹਨ ਜਾਂ 100 ਹਨ ਜਾਂ 50 ਹਨ, ਜਿੰਨੀਆਂ ਵੀ ਸੀਟਾਂ ਹਨ ਉਹ NCT ਦੁਆਰਾ ਅਪਰੂਵਡ ਹੋਣੀ ਚਾਹੀਦੀਆਂ ਹਨ ਔਰ ਉਹ ਕੰਡੀਸ਼ਨ ਜਿਹੜੀਆਂ NCT ਅਤੇ ਯੂਨੀਵਰਸਿਟੀ ਨੇ ਲਗਾਈਆਂ ਫੁਲਫਿਲ ਕਰਦੀਆਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਦੀ ਲਿਸਟ ਜਿਹੜੀ ਹੈ ਆਲਰੇਡੀ ਇਸ ਦੇ ਐਨੈਕਸਚਰ ਦੇ ਪਿੱਛੇ ਦਿੱਤੀ ਹੋਈ ਹੈ, ਉਹ ਵੱਖਰੇ ਵੀਡੀਓ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਜਿਹੜੇ ਕਾਲਜ ਵਿੱਚ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਕੀ ਉਹ ਇਸ ਲਿਸਟ ਵਿੱਚ ਸ਼ਾਮਲ ਹੈ, ਇਹ ਦੇਖ ਲੈਣਾ ਜ਼ਰੂਰੀ ਹੈ। ਅਤੇ ਇਸ ਤੋਂ ਇਲਾਵਾ ਬਿਫੋਰ ਪਬਲਿਸ਼ਿੰਗ ਦਾ ਪ੍ਰੋਸਪੈਕਟਸ ਆਫ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਲ ਇਨਸ਼ੋਰ ਈਚ ਐਂਡ ਐਵਰੀ ਇੰਸਟੀਟਿਊਟ ਡਿਊਲੀ ਐਫੀਲੇਟਡ ਵਿਦ ਦੀ ਰਿਸਪੈਕਟਿਵ ਯੂਨੀਵਰਸਿਟੀ ਫੋਰ ਦੀ ਸੀਟਸ ਐਜ਼ ਕੋਟਡ ਇਨ ਲਿਸਟ ਐਨੈਕਚਰ। ਇਹ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਹੋਏਗੀ ਕਿ ਜਿਹੜੀਆਂ ਸੀਟਾਂ ਹਨ ਉਹ ਕਿਸ ਕੰਬੀਨੇਸ਼ਨ ਦੀਆਂ, ਕਿਸ ਕੈਟਾਗਰੀ 'ਚ, ਬੜੀ ਸੀਟ ਮੈਟ੍ਰਿਸਿਸ ਬਣਦਾ ਹੁੰਦਾ ਤੁਹਾਡਾ ਕੰਮ ਨਹੀਂ ਹੈ। ਜਸਟ ਤੁਸੀਂ ਇਹ ਦੇਖਣਾ ਹੈ ਕਿ ਜਿਹੜੇ ਕੰਬੀਨੇਸ਼ਨ 'ਚ ਤੁਸੀਂ ਸੀਟ ਲੈਣਾ ਚਾਹੁੰਦੇ ਹੋ ਇਸ ਕਾਲਜ ਵਿੱਚ ਹੈ, ਉਹ ਲਿਸਟ ਜਾਰੀ ਹੋ ਜਾਏਗੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲੋਂ ਨਾਲ ਅਪਡੇਟ ਕਰੀ ਜਾਵੇਗੀ, ਨਾਲ ਨਾਲ ਮੈਂ ਅਪਡੇਟ ਤੁਹਾਨੂੰ ਕਰੀ ਜਾਵਾਂਗਾ।
अच्छा हुण जरूरी की है, सब तो ज्यादा जरूरी की है जदों असीं एडमिशन लैनी है, इस तो भी पहला मेरे ख्याल च जिहड़ा मैं कह रहा सी कि तुसीं ये फॉर्म जरूर भरना है। पिछली वार 3000 बच्चियां ने टेस्ट नहीं सी दिता, इस आस विच रहे सी कि बाद विच ओपन हो जाएगी। इस एडमिशन काउंसलिंग प्रोसीजर जिहड़ा अज स्टार्ट होया है, इहदे विच पहली काउंसलिंग, दूसरी काउंसलिंग, तीसरी काउंसलिंग विच ओपन उस नूं कहा जांदा है हो गई है, जिस विच हो जांदा है कि कॉलेज अपने आप सीट भर सकते हैं। पर पिछली बार अजिहा नहीं होया, सैकटरी हायर एजुकेशन तक ईवन कोर्ट तक केस गया है, लेकिन हर हालत विच ओ 3000 बच्चों की नहीं सुनेगी। ये 3000 बच्चों ने कॉलेज विच रजिस्ट्रेशन जिहनूं तुसीं बोल दिंदे हां, वो एक तरह नाल इस काउंसलिंग तो बाद तुसीं सीट बुक करा लेंदे हो। फॉर एग्जाम्पल किसी ने 5000 किसी ने 10000 ये फीस जमा करवाई हुई सी, ओके, ते वेट करते रहे जब तक सैम दे एग्जाम आ गए, फर्स्ट सैम दे एग्जाम आ गए, लेकिन उन्हों का यह क्लीयर नहीं होया कि उन्हों की एडमिशन हो चुकी है कि नहीं। लास्ट पता लगा कि 3000 बच्चों दी, क्योंकि रोल नंबर नहीं आया उन्हों की एडमिशन नहीं सी हुई। सो इस आस विच ना रहियो। हाँ, ओपन हो जाए ना हो जाए, यह युद्ध वक्रा है, पर तुसी ए जे बच्चे एंट्रेंस टेस्ट सिर्फ अपीयर हो जाते, सिर्फ अपीयर हो जाते, तो इन्हों का ना साल, ना पैसे, ना मैंटल एनर्जी वेस्ट होनी सी। उसका दूजा फायदा की है कि तुसी एंट्रेंस टेस्ट विच अपीयर होंगे हो, जो फॉर्म सिर्फ फॉर्म भर देंगे हो तो अपीयर हो जाते हो। वह फायदा यह है कि तुसी मैनेजमेंट कोटे विच जिहड़ी 10, 15, 20, 25, 30, 50,000 60,000 तक कई बार सीट लैन लई वाधू दिंदे हो, वह नहीं देना पैंदा, तुहानू उस तो बिना ईजीली मिल जाएगी। थोड़ी जी गाइडेंस की जरूरत है, ज़्यादा मेहनत एंट्रेंस टेस्ट नहीं करनी पेगी, वो नाल नाल गाइड करांगा। दैट इज़ वाई कि तुसी हर हालत अपने भाई भैन जिहड़ा भी दोस्त है जिसने बी एड करनी है उसनू यह कहो कि फॉर्म हर हालत विच भर दे। मैं ये मैसेज इस वीडियो च हर हालत च देना चाहना हाँ। नैक्सट है कि जो तुसी नैक्सट प्रोसीजर विच पैना है पैडागोजिकल सब्जेक्ट कॉम्बीनेशन और कॉलेज और गवर्नमेंट जॉब, ये तीन चीज़ों की लाइन विच चलना है। सो सब तो ज़्यादा प्रैफर की करना है तुसी जे कॉलेज लेना है, अगे गाइड करांगा, बस तुसी ध्यान विच रखना है, अपनी सब्जेक्ट एलिजिबिलिटी देखनी है। वीडियो आ रहे हैं, क्वेश्चन आ रहे हैं, मैं उन्होंने नाल नाल जवाब देने की पूरी कोशिश कर रहा हाँ। तो ये कॉम्बीनेशन जो है, ये कॉम्बीनेशन गवर्नमेंट जॉब की एलिजिबिलिटी मुताबक लेने हैं, जे वो एलिजिबिलिटी मुताबक लेने हैं तो सानूं कुर्बानी देनी पै सकती है कि मैं कॉलेज दूर वाला है ना, कई बार गवर्नमेंट कॉलेज छड़ के मैं एडेड विच जा, गवर्नमेंट कॉलेज छड़ के मैं प्राइवेट च आ जा, लेकिन मेरा कॉम्बीनेशन मैं जो चाहता हाँ वो मिल जाए, ता जो मैं गवर्नमेंट जॉब लई एलिजिबल हो जावां, क्योंकि प्रोबेबिलिटी है कि गवर्नमेंट जॉब नालों नाल इस वार निकलणगियां। ठीक, सो एंट्रेंस टेस्ट की तैयारी लई तुहानूं कंसैप्ट ते एम सी क्यू छोटे छोटे एम सी क्यू जिद विच एक वीडियो दे विच एम सी क्यू 10 to 20 दे विच होणगे, वह देखते रहो, आराम नाल तुहाडी तैयारी हो जाएगी। अच्छा, ये तो है जो पिछली बार बच्चे डिस्टर्ब होए ने, अलग तो वीडियो दस्या सी, उह बच्चे ने संघर्ष किया, ईवन मिनिस्टर तक आए, तो कोई हल नहीं होया, उन्हां बच्चों का नुकसान ही होया है। इस तो इलावा मैं ये दसना चाहना हाँ कि जे तुसी तैयारी नाल नाल शुरू करना चाहते हाँ, ये इस साल का बी एड का प्लेलिस्ट विच जाना है, लर्न टू एक्चुलाइज विच प्लेलिस्ट च जाके, ये प्लेलिस्ट विच बनिया है बी एड इस साल का एडमिशन प्रोसीजर 23-24 का है ना, ये व्यू फुल प्लेलिस्ट, उहदे विच सारिया इंपॉर्टेंट वीडियो तुहाडे क्वेश्चन जिहड़े पुछे गए ने वह दिते गए ने। इस तो इलावा तैयारी करनी है तुसी, वो 2022 का इसे प्लेलिस्ट विच वीडियो पए ने, हर क्वेश्चन हर पेपर दे 5 पेपर तुहाडे सैट होने हैं, उस दे हर पिछले ईयर दे पेपर सॉल्व किए गए हैं, तुसी वो कुछ देख सकते हो। तुहाडी कोई भी इनक्वायरी होवे और कोई भी डाउट होवे वो काइंडली पूछ लेना, मैं कोशिश करदा हर एक का जवाब देवां। जे कोई कॉमन चीज़ है, ज़्यादा जाने ना संबंधित है, तो मैं 2-4 दिन ले लेना हाँ, ता जो वीडियो बना के पावां उस नाल रिलेटेड बाकी जो स्टूडेंट ने वो भी जानकारी ले लैन, ता जो कारण की है कि तुसी क्योंकि मैनू किसी ने गाइड नहीं किया, मैं ये चाहना हाँ
कि तुसी गवर्नमेंट जॉब लई एलिजिबल हो जाओ। कल ही अज ही वीडियो एक जारी किया है कि गवर्नमेंट जॉब की SST दे कैंडीडेट की एलिजिबिलिटी की है। सो ये वाले वीडियो जेडे तुहाडे नाल इंपोर्टेंट है, जे जरूरत लगे तो देख सकते हो। इस विच जरूरी नहीं है मेरा वीडियो शेयर करो, लेकिन उस विच अच्छी गल जो है मैसेज ना शेयर जरूर कर दो कि एंट्रेंस टेस्ट जरूर देना है। तुहाडे 10 to 50,000 रुपए बच सकते हैं। एक गाइडेंस, एक हिंट नाल जिहड़ा मैं दवांगा, क्योंकि 22 साल का तजर्बा बीएड कॉलेज विच जे पढ़ाता है, तो मेरा एक आइडिया तुहानू एक तुहाडा 2 साल 3 साल 1 साल बचा सकता है और गवर्नमेंट जॉब की एलिजिबिलिटी वल जल्दी ले जा सकता है। किसी तरह की कोई गाइडेंस, ईवन PhD तक रिसर्च की, UGC नैट की, टैट की, PS TET की, CTET की चाहिए होवे, है ना, वेलकम है। लर्न टू एक्चुअलाइज। डॉक्टर तीरथ सिंह, थैंक यू।